ਸਾਰੇ ਭੈਣਾਂ ਮੈਨੂੰ ਜਾਣਦੀ ਸੀ ਮੈਂ ਸਿਸਟਰ ਇੰਦੂ ਅੱਜ ਪੰਜਾਬੀ ਕ੍ਰਿਸ਼ਨ ਸੈਂਟਰ ਯੂਨੀਵਰਸਿਟੀ ਦੇ ਵਿੱਚ ਪਾਸਟਰ ਲਾਉਣ ਦੇ ਲਈ ਚਰਚ ਵਿੱਚ ਆਈ ਹਾਂ ਔਰ ਮੈਂ ਪ੍ਰਭੂ ਦਾ ਬਹੁਤ ਸ਼ੁਕਰ ਕਰਦੀ ਹਾਂ ਧੰਨਵਾਦ ਕਰਦੀ ਹਾਂ ਕਿ ਮੈਨੂੰ ਉਹਨਾਂ ਨੇ ਮੌਕਾ ਦਿੱਤਾ ਕਿ ਮੈਂ ਅੱਜ ਪ੍ਰਚਾਰ ਕਰ ਸਕਾਂ ਭੈਣਾਂ ਲਈ ਪ੍ਰਾਰਥਨਾ ਕਰ ਸਕਾਂ ਅੱਜ ਮਦਰਸ ਡੇ ਉੱਤੇ ਮੈਂ ਸਾਰੀਆਂ ਭੈਣਾਂ ਨੂੰ ਮਦਰਸ ਡੇ 'ਤੇ ਵਧਾਈਆਂ ਦਿੰਦੀ ਹਾਂ ਕਿਉਂਕਿ ਇਹ ਪਰਮੇਸ਼ੁਰ ਦੀ ਬਿਗ ਬਲੈਸਿੰਗ ਆ ਕਿ ਅਸੀਂ ਮਾਵਾਂ ਬਣ ਪਾਉਂਦੇ ਹਾਂ ਔਰ ਬੱਚੇ ਜਾਣ ਕੇ ਔਰ ਪਰਮੇਸ਼ੁਰ ਦੇ ਲਾਡ ਲਾਉਂਦੇ ਹਾਂ ਜਿੱਦਾਂ ਹੰਨਾ ਦੀਆਂ ਪਰਮੇਸ਼ੁਰ ਨੇ ਦੁਆਵਾਂ ਨੂੰ ਸੁਣਿਆ ਔਰ ਉਹਨੂੰ ਪਰਮੇਸ਼ੁਰ ਨੇ ਬਲੈਸ ਕੀਤਾ ਮੇਰਾ ਬਲੀਵ ਆ ਜਿੰਨੀਆਂ ਵੀ ਭੈਣਾਂ ਦੇਸ਼ ਵਿਦੇਸ਼ ਦੇ ਵਿੱਚ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਬੈਠੀਆਂ ਜਿਨ੍ਹਾਂ ਕੋਲ ਵੀ ਬੱਚੇ ਨਹੀਂ ਆ ਪਰਮੇਸ਼ੁਰ ਉਹਨਾਂ ਨੂੰ ਬਲੈਸ ਕਰੇ ਔਰ ਸਦਾ ਦੀ ਤਰ੍ਹਾਂ ਪਰਮੇਸ਼ੁਰ ਆਪਣੇ ਬੇਟੀਆਂ ਨੂੰ ਯੂਜ਼ ਕਰੇ ਔਰ ਖੜਾ ਕਰੇ ਦੇਬੋਰਾ ਦੀ ਤਰ੍ਹਾਂ ਖੜਾ ਕਰੇ ਵਿਆਹ ਦੀ ਤਰ੍ਹਾਂ ਖੜਾ ਕਰੇ ਔਰ ਵੱਡੇ ਬਿਜ਼ਨਸ ਦੇ ਨਾਲ ਫੈਮਿਲੀ ਨੂੰ ਸਪੋਰਟ ਕਰਨ ਦੇ ਨਾਲ ਜੋ ਅੱਜ ਪਰਮੇਸ਼ੁਰ ਦੇ ਵਚਨਾਂ ਦੇ ਅਕੋਰਡਿੰਗ ਸਾਨੂੰ ਚੱਲਣ ਦੀ ਲੋੜ ਹੈ ਇਹੋ ਜਿਹੀ ਮਦਰ ਜੋ ਪਰਮੇਸ਼ੁਰ ਦੀ ਨਿਗਾਹ ਦੇ ਵਿੱਚ ਸੱਚੇ ਤਰੀਕੇ ਨਾਲ ਚੱਲੇ ਇਹੋ ਜਿਹੀਆਂ ਮਦਰ ਡੈਡੀ ਪਰਮੇਸ਼ੁਰ ਦੇ ਕੰਮ ਕਰਨ ਔਰ ਇੱਕ ਵੱਡੇ ਐਵੈਂਜਲਿਜ਼ਮ ਨੂੰ ਔਰ ਪਰਮੇਸ਼ੁਰ ਦੇ ਕੰਮਾਂ ਨੂੰ ਪ੍ਰਚਾਰ ਕਰਨ ਦੇ ਲਈ ਰੈਡੀ ਪਰਮੇਸ਼ੁਰ ਆਲਰੇਡੀ ਕਰ ਰਿਹਾ ਮੈਂ ਦੇਖ ਰਹੀ ਹਾਂ ਔਰ ਪਰਮੇਸ਼ੁਰ ਵੱਡੀ ਵਧਾਈ ਨੂੰ ਲੈ ਕੇ ਆ ਰਿਹਾ ਮੈਂ ਤੁਹਾਨੂੰ ਸਾਰਿਆਂ ਨੂੰ ਫਿਰ ਤੋਂ ਮਦਰ ਦੇ ਤੇ ਵਧਾਈਆਂ ਦਿੰਦੀ ਹਾਂ ਔਰ ਮੈਂ ਸਲਾਮ ਕਹਿੰਦੀ ਹਾਂ ਜੈਮਸੀ ਦੀ ਕਹਿੰਦੀ ਹਾਂ ਸਾਰਿਆਂ ਨੂੰ ਪਰਮੇਸ਼ੁਰ ਤੁਹਾਨੂੰ ਸਾਰਿਆਂ ਨੂੰ ਬਲੈਸ ਕਰੇ ਪੰਜਾਬੀਆਂ ਦੀ ਆਵਾਜ਼ ਸੁਣੋ ਪਹਿਲਾਂ ਹੀ ਬਹੁਤ ਇੰਪਰੈਸ ਹੁੰਦੀ ਆ ਸਭ ਤੋਂ ਪਹਿਲਾਂ ਮੈਂ ਪਰਮੇਸ਼ੁਰ ਦਾ ਬਹੁਤ ਬਹੁਤ ਸ਼ੁਕਰ ਕਰਦੀ ਹਾਂ ਖੁਦਾ ਦਾ ਧੰਨਵਾਦ ਕਰਦੀ ਹਾਂ ਕਿਉਂਕਿ ਮੈਂ ਇਸ ਲਾਈਫ ਨਹੀਂ ਸੀ ਕਿ ਮੈਂ ਇਸ ਪਲੈਟਫਾਰਮ 'ਤੇ ਖੁਦਾ ਦੇ ਘਰ ਦੇ ਵਿੱਚ ਖੜੀ ਹੋ ਸਕਾਂ ਪਰ ਇਹ ਉਹਦਾ ਹੀ ਫਜ਼ਲ ਆ ਉਹਦਾ ਹੀ ਅਨੁਗ੍ਰਹਿ ਕਿ ਅੱਜ ਬੈਠੀ ਹਾਂ ਹਾਲੇ ਲਈ ਮੈਂ ਕਾਹਦੇ ਨਾਲ ਤੁਹਾਨੂੰ ਮੈਂ ਸ਼ੁਕਰ ਕਰਦੀ ਹਾਂ ਹਰ ਸਾਡੇ ਸੀਨੀਅਰ ਪਾਸਟਰ ਬਿਲੋਂਗੀ ਜਿਨ੍ਹਾਂ ਦੀ ਮੈਂ ਬਹੁਤ ਇੱਜ਼ਤ ਕਰਦੀ ਹਾਂ ਔਰ ਮੈਂ ਬਹੁਤ ਚਿਰ ਤੋਂ ਇਹਨਾਂ ਦੇ ਬਾਰੇ ਸੁਣਦੀ ਆ ਰਹੀ ਹਾਂ ਔਰ ਮੈਂ ਇੰਡੀਆ ਦੇ ਵਿੱਚ ਵੀ ਇਹਨਾਂ ਬਾਰੇ ਸੁਣਿਆ ਕਿਉਂਕਿ ਇਹਨਾਂ ਨੇ ਬਹੁਤ ਸਾਰੇ ਚਰਚਿਸ ਨੂੰ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਇਸਟੈਬਲਿਸ਼ ਕਰਨ 'ਚ ਮਦਦ ਕੀਤੀ ਔਰ ਉਹਨਾਂ ਦੀਆਂ ਆਉਣ ਵਾਲੀਆਂ ਪੁਸ਼ਤਾਂ ਵੀ ਅੱਜ ਪਰਮੇਸ਼ੁਰ ਦੀ ਸੇਵਕਾਈ ਦੇ ਵਿੱਚ ਕੰਮ ਕਰ ਰਹੀਆਂ ਹਾਲੇ ਲਈ ਹਾਂ ਔਰ ਮੈਂ ਸਿਸਟਰ ਜੀ ਦਾ ਬਹੁਤ ਸ਼ੁਕਰ ਕਰਦੀ ਕਿ ਉਹਨਾਂ ਨੇ ਮੈਨੂੰ ਇੱਥੇ ਇਨਵਾਈਟ ਕੀਤਾ ਮੈਨੂੰ ਮੌਕਾ ਦਿੱਤਾ ਅਤੇ ਮੇਰੇ ਮਦਰ ਇਨ ਲਾਅ ਮੇਰੇ ਸਾਸੂ ਮਾਂ ਜੀ ਮਾਰਥਾ ਮਸੀਹ ਜੀ ਵੀ ਅੱਜ ਇੱਥੇ ਆ ਅਤੇ ਸਿਸਟਰ ਜੀ ਮੈਂ ਤੁਹਾਨੂੰ ਇਨਵਾਈਟ ਕਰਾਂਗੀ ਅਸੀਂ ਕਾਰਡ ਲੈ ਕੇ ਆਏ ਹਾਂ ਥੈਂਕ ਯੂ ਫੋਰ ਇਨਵਾਈਟ ਆ ਜਾਓ ਤੁਸੀਂ ਵੀ ਮੰਮਾ ਆ ਜਾਓ ਥੈਂਕ ਯੂ ਪਾਸਟਰ ਜੀ ਚਰਚਿਸ ਨੂੰ ਚਲਾਉਣਾ ਕੋਈ ਸੌਖਾ ਕੰਮ ਨਹੀਂ ਆਇਆ ਜਦੋਂ ਮੈਂ ਮਸੀਹ ਚਾਹੀਆਂ ਮੈਂ ਦੇਖਿਆ ਪਰ ਇੰਨੀ ਕਲੀਸਿਆ ਨੂੰ ਇਕੱਠਾ ਕਰਨਾ ਔਰ ਆਪਣੇ ਨਾਲ ਰੱਖਣਾ ਇਹ ਚਰਚ ਵੀ ਯੂਨੋ ਇਹਨਾਂ ਦੇ ਸਿਰ 'ਤੇ ਪਰਮੇਸ਼ੁਰ ਨੇ ਇਹਨਾਂ ਨੂੰ ਚੁਣਿਆ ਖੜਾ ਕੀਤਾ ਔਰ ਮੈਨੂੰ ਅੱਜ ਜਦੋਂ ਅਸੀਂ ਆ ਰਹੇ ਸੀ ਐਲਗਰੋਵ ਤੋਂ ਮੈਂ ਮੰਮਾ ਨੂੰ ਕਿਹਾ ਮੰਮਾ ਮੈਨੂੰ ਇੱਦਾਂ ਲੱਗਦਾ ਸੀ ਪੰਜਾਬ ਦੇ ਵਿੱਚ ਹੀ ਹਾਂ ਸੋ ਜਦੋਂ ਅਸੀਂ ਉੱਥੋਂ ਆਏ ਹਾਂ ਅਤੇ ਅੱਜ ਜਦੋਂ ਮੈਂ ਇੱਥੇ ਆਈ ਹਾਂ ਸੋ ਵਰਸ਼ਿਪ ਹੋਈ ਆ ਉਦੋਂ ਤਾਂ ਮੈਨੂੰ ਇੱਦਾਂ ਲੱਗ ਮੈਨੂੰ ਮਹਿਸੂਸ ਨਹੀਂ ਹੋ ਰਿਹਾ ਕਿ ਮੈਂ ਅਮੈਰੀਕਾ 'ਚ ਮੈਨੂੰ ਇੱਦਾਂ ਲੱਗਦਾ ਮੈਂ ਆਪਣੇ ਘਰ ਵਿੱਚ ਆਈ ਹਾਂ ਹਾਲੇ ਲਈ ਹਾਂ ਥੈਂਕ ਯੂ ਜੀਸਸ ਥੈਂਕ ਯੂ ਜੀਸਸ ਥੈਂਕ ਯੂ ਸਿਸਟਰ ਜੀ ਅਤੇ ਉਹਦਾ ਲਹੂ ਐਡਾ ਕੀਮਤੀ ਆ ਵੀ ਉਹਦੇ ਅੱਗੇ ਸਭ ਕੁਝ ਹੀ ਫਿੱਕਾ ਆ ਹਾਲੇ ਲਈ ਆ ਉਹਦੇ ਲਹੂ ਦੀ ਕੋਈ ਕੀਮਤ ਨਹੀਂ ਦੇ ਸਕਦਾ ਹਾਲੇ ਲਈ ਆ ਥੈਂਕ ਯੂ ਜੀਸਸ ਥੈਂਕ ਯੂ ਜੀਸਸ ਮੈਨੂੰ ਬਹੁਤ ਹੀ ਇਹ ਗੀਤ ਪਸੰਦ ਆ ਵਰਸ਼ਿਪ ਸੌਂਗ ਤੁਹਾਨੂੰ ਸਾਰਿਆਂ ਨੂੰ ਵੀ ਜੀਵਨ ਮਿਲਿਆ ਸੌਂਗ ਆਉਂਦਾ ਹੋਊਗਾ ਅਗਰ ਤੁਸੀਂ ਖੜ੍ਹੇ ਹੋ ਸਕਦੇ ਹਾਂ ਅਤੇ ਜਿਹੜੇ ਸਿਸਟਰ ਨਹੀਂ ਖੜ੍ਹੇ ਹੋ ਸਕਦੇ ਇਟਸ ਓਕੇ ਪਰ ਜੇ ਕੋਈ ਖੜ੍ਹਾ ਹੋ ਸਕਦਾ ਮੈਂ ਚਾਹੁੰਦੀ ਕਿ ਆਪਾਂ ਇਕੱਠੇ ਹੋ ਕੇ ਵਰਸ਼ਿਪ ਕਰੀਏ ਪਰਮੇਸ਼ੁਰ ਦੀ ਕਿ ਪ੍ਰਭੂ ਤੁਸੀਂ ਸਾਨੂੰ ਜੀਵਨ ਦਿੱਤਾ ਤੁਸੀਂ ਆਪਣਾ ਬੱਚਾ ਔਰ ਬੇਟੀ ਔਰ ਬੇਟਾ ਮੈਨੂੰ ਬਣਾਇਆ ਹਾਲੇ ਲਈ ਆ ਜੀਵਨ ਮਿਲਿਆ ਮਿਲਿਆ ਸ਼ਿਸ਼ ਪਰੇ
Thank you.
Kind of
ਟੋਟੀ ਆ ਪਰਮੇਸ਼ਰ ਮੈਨੂੰ ਹੰਨਾ ਦੀ ਤਰ੍ਹਾਂ ਪਰਮੇਸ਼ਰ ਮੇਰੀਆਂ ਬਾਹਾਂ ਨੂੰ ਸੁਣ ਪਰਮੇਸ਼ਰ ਖੁਦਾਵੰਦ ਆਪਣੇ ਕੋਲ ਨਾਲ ਮੈਨੂੰ ਯੂਜ਼ ਕਰ ਮੈਨੂੰ ਪਰਮੇਸ਼ਰ ਇਸ ਤਰ੍ਹਾਂ ਦੀ ਤਰ੍ਹਾਂ ਯੂਜ਼ ਕਰ ਤੇ ਪੂਰਾ ਦੀ ਤਰ੍ਹਾਂ ਪ੍ਰੋਫਟੈਸ ਬਣੀ ਕਰ ਤਾਂ ਕਿ ਮੈਂ ਆਪਣੇ ਲੋਕਾਂ ਨੂੰ ਬਚਾ ਸਕਾਂ ਹਾਲੇਲੂਇਆ ਤੇ ਜਿਹੜੇ ਮੈਂ ਵੀ ਪਾਰ ਕਰ ਸਕਦੇ ਮੈਂ ਉਹਨਾਂ ਨੂੰ ਮੈਂ ਪਾਰ ਕਰਾਉਣ ਲਈ ਬਣਾ ਹਾਲੇਲੂਇਆ ਮੇਰੇ ਖੁਦਾ ਨੂੰ ਪਾਰ ਦੇ ਮੇਰੇ ਆਪਣੇ ਸਿਰ ਤੇ ਉੱਤੇ ਅੱਜ ਪਰਮੇਸ਼ਰ ਤੁਹਾਡੇ ਕੋਲ ਆਉਂਦਾ ਪਰਮੇਸ਼ਰ ਅੱਜ ਅਸੀਂ ਇਕੱਠੇ ਹੋ ਕੇ ਪ੍ਰਣਾ ਪ੍ਰਾਰਥਨਾ ਕਰਦੇ ਹਾਂ ਆਪਣਾ ਤੇਲ ਦਾ ਅਨੋਇੰਟਿੰਗ ਦਾ ਬਟੋਰਾ ਅੱਜ ਇਹਨਾਂ ਸਾਰੀਆਂ ਭੈਣਾਂ ਦੇ ਉੱਤੇ ਆਵੇ ਖੁਦਾ ਦਾ ਤਾਂ ਕਿ ਸਾਰੇ ਇਕੱਠੇ ਦਾ ਪ੍ਰਭੂ ਦਾ ਕੰਮ ਦੇਖ ਸਕੀਏ ਪਰਮੇਸ਼ਰ ਅਰੇ ਉਹਨਾਂ ਦੇ ਕੰਮ ਦੇ ਵਿੱਚ ਪਰਮੇਸ਼ਰ ਦੀ ਬੱਟੀ ਵੀ ਦਾ ਨੂੰ ਮੈਂ ਆਵਾਂਗਾ ਮੈਂ ਤਾਂ ਅਸੀਂ ਤਾਂ ਨੂੰ ਦੇ ਪਾਸੇ ਕਾ ਮੈਂ ਪ੍ਰਭੂ ਬੱਟੀ ਕਰਦੀ ਕਿ ਤੁਹਾਡੇ ਕੰਮ ਦੇ ਇਸ ਸ਼ਹਿਰ ਦੇ ਵਿੱਚ ਇੱਕ ਬੱਟੀ ਬਣਾਈ ਨਾਲ ਵਾਲੀ ਨਾ ਹਾਲੇ ਲੋਕਾਂ ਤੁਹਾਡੀਆਂ ਪ੍ਰਾਰਥਨਾਵਾਂ ਦੇ ਨਾਲ ਤੁਹਾਡੀ ਸਿਯੋ ਦੇ ਨਾਲ ਪਰਮੇਸ਼ਰ ਦੀ ਬੱਟੀ ਬੱਟੀ ਲੋਕਾਂ ਦੀ ਪ੍ਰੀਤ ਨੂੰ ਲੈ ਕੇ ਆ ਰਿਹਾ ਹੈ ਯਿਸੂ ਮਸੀਹ ਦੇ ਨਾਮ ਦੇ ਵਿੱਚ ਹਾਲੇ ਲੋਕਾਂ ਪਰਮੇਸ਼ਰ ਆਪਣੀਆਂ ਬੇਟੀਆਂ ਨੂੰ ਖੜਾ ਕਰ ਰਿਹਾ ਇੱਕ ਮੋਰੀਆ ਦੀ ਤਰ੍ਹਾਂ ਇੱਕ ਸੈਸ਼ਨ ਦੀ ਤਰ੍ਹਾਂ ਤਾਂ ਕਿ ਤੁਸੀਂ ਆਪਣੀ ਫੈਮਿਲੀ ਖੜੇ ਹੋ ਕੇ ਪਰਮੇਸ਼ਰ ਨਾਲ ਕੰਮ ਕਰਨਾ ਚਾਹੁੰਦੇ ਹੋ ਹਾਲੇ ਲੋਕਾਂ ਜਿੱਦਾਂ ਮੇਰਾ ਬ੍ਰਦਰ ਬੱਚਿਆ ਮੈਂ ਦੇਖਿਆ ਇੱਕ ਭੈਣ ਜੋ ਆਪਣੇ ਭਰਾ ਨਾਲ ਬਣਾ ਹੋ ਗਿਆ ਸੀ ਰੇਖਾ ਨੇ ਸ਼ਰਮ ਦਾ ਰੂਪ ਸਿੱਖਾ ਤੁਹਾਡੇ ਬ੍ਰਦਰ ਦੇ ਸੀਨ ਦੇ ਵਿੱਚ ਆ ਰਿਹਾ ਉਹ ਜਲਦ ਬੈਪਟਿਸਮ ਨੂੰ ਲੈਣ ਜਾ ਰਿਹਾ ਹਾਲੇ ਲੋਕਾਂ ਰੇਖਾ ਨੇ ਸ਼ਰਮ ਦਾ ਰੂਪ ਸਿੱਖਦੇ ਨੇ ਤੁਹਾਡੇ ਹਾਲੇਲੂਇਆ ਮੈਂ ਪ੍ਰਭੂ ਯਿਸੂ ਦੇ ਨਾਮ ਤੋਂ ਸਾਰਿਆਂ ਨੂੰ ਬਲੈਸ ਕਰਦੀ ਹਾਂ ਹਾਲੇਲੂਇਆ।